देश विदेश के दर्शकों का मैं हरप्रीत सिंह मखू तहे दिल तो स्वागत करता हाँ तुहाडे अपने प्रोग्राम कुछ कौड़े सच विच। दर्शकों तुहानू पता है हर बार असी किसी उगी शख्सियत नूं तुहाडे रूबरू करन दा माण हासिल करदे हाँ। अज साडी बेनती नूं प्रवान करदे होए साडे स्टूडियो विच पहुँचे हन भाई बलवंत सिंह जी गोपाला, सिख यूथ फैडरेशन भिंडरांवालिआं दे प्रैजीडेंट। आओ सब तो पहले इन्हां दा अपने स्टूडियो विच आउण लई असी तहे दिल तो स्वागत करदे हाँ। वीर जी वाहेगुरु वाहेगुरु जी का खालसा वाहेगुरु जी की फतेह। तुहाडा दिल दीआं गहराइआं तो धन्नवाद सानूं समां दे के नवाजे। सब तो पहले मैं तुहाडे कोल इक जानकारी लैनी चाहांगा भी जिहड़ी सिख यूथ फैडरेशन भिंडरांवाला जिहड़ी तुहाडे नाम दे नाल चंगी तरह जुड़ चुकी है, इहदी शुरुआत कदों ते शुरुआत करन दा की कारण सी? मैं दमदमी टकसाल दा विद्यार्थी हाँ जी। मैं टकसाल च 88 ਸਾਲ 'ਚ ਭਰਤੀ ਹੋ ਗਿਆ ਦਮਦਮੀ ਟਕਸਾਲ 'ਚ ਜੀ 88 'ਚ। ਅਤੇ ਜਦੋਂ ਵੀ ਮੈਨੂੰ ਇਹ ਪੁੱਛਿਆ ਗਿਆ ਮੈਂ ਮੁੱਢ ਤੋਂ ਹੀ ਦੱਸਦਾ ਕਿ ਮੇਰੇ ਨਾਨਕਾ ਪਰਿਵਾਰ ਜਿਹੜੇ ਉਹ ਫੈਡਰੇਸ਼ਨ ਨਾਲ ਕਾਫੀ ਜੁੜੇ ਹੋਏ ਸੀ ਜੀ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਉਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸੀ ਜੀ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਸਾਡੇ ਪਰਿਵਾਰ ਦਾ ਟਕਸਾਲ ਨਾਲ ਲੰਬਾ ਗੂੜਾ ਰਿਸ਼ਤਾ ਸੀ। ਕੀ ਬਾਤ ਹੈ। ਅਤੇ ਸਾਡੇ ਮਾਮਾ ਜੀ ਹੋਣੀ ਅਤੇ ਸਾਰੇ ਜਾਣੇ ਫੈਡਰੇਸ਼ਨ ਦੀਆਂ ਸਰਗਰਮੀਆਂ 'ਚ ਹਿੱਸਾ ਲੈਂਦੇ ਸੀ ਤਾਂ ਮੈਨੂੰ ਚੰਗਾ ਲੱਗਦਾ ਸੀ ਜੀ। ਦਿਨ ਬ ਦਿਨ ਉਹ ਹਾਲਾਤ ਬਦਲਦੇ ਗਏ ਅਤੇ ਘੱਲੂਘਾਰਾ 6 ਜੂਨ 1984 ਵਾਪਰ ਗਿਆ। ਮੈਂ ਉਦੋਂ 9 ਸਾਲ ਦਾ ਸਾਂ ਜੀ। ਮੈਨੂੰ ਬਚਪਨ 'ਚ ਹੀ ਇਸ ਗੱਲ ਦਾ ਮੇਰੇ ਦਿਲ 'ਤੇ ਅਸਰ ਹੋਇਆ। ਇਸ ਚੀਜ਼ ਦੀ ਸੋਝੀ ਤਾਂ ਨਹੀਂ ਸੀ ਕਿ ਅਟੈਕ ਕੀ ਹੁੰਦਾ ਜਾਂ ਕੀ ਜੀ, ਪਰ ਬਚਪਨ ਦੇ ਇੰਨਾ ਤਾਂ ਪਤਾ ਹੁੰਦਾ ਕਿ ਸਾਡੇ ਹੀਰਿਆਂ ਵਰਗੇ ਸਿੰਘ ਸਾਡੇ ਤੋਂ ਖੋਹ ਲਏ ਨੇ ਅਤੇ ਸਾਡੇ ਗੁਰਧਾਮ ਜਿਹੜੇ ਆ ਉਹ ਸਰਕਾਰ ਨੇ ਨੇਸਤ ਨਬੂਦ ਕਰਨ ਦੀ ਤਹੱਈਆ ਕਰ ਲਿਆ ਜੀ। ਅਤੇ ਪਿੰਡਾਂ ਦੇ ਵਿੱਚ CRP ਮਿਲਟਰੀ ਫਿਰਦੀ ਸੀ ਉਹ ਦੇਖਦਾ ਸਮੇਂ ਤਾਂ ਮੁੜ ਕੇ ਉਸ ਤੋਂ ਬਾਅਦ ਫੈਡਰੇਸ਼ਨ ਨੇ ਨੌਜਵਾਨਾਂ ਨੇ ਜ਼ੋਰ ਫੜਿਆ ਜੀ। ਠੀਕ ਆ ਜੀ। 1986 'ਚ ਸਰਬੱਤ ਖਾਲਸਾ ਹੋਇਆ। ਚਲੋ ਜਿਹੜੇ ਫੈਡਰੇਸ਼ਨ ਦੇ ਉਸ ਸਮੇਂ ਦੇ ਜਿਹੜੇ ਬਾਅਦ 'ਚ ਪ੍ਰਧਾਨ ਤਾਂ ਬਾਅਦ 'ਚ ਬਣੇ, ਉਦੋਂ ਤਾਂ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ ਜੀ। ਉਹ ਜੇਲ੍ਹ 'ਚ ਬੈਠਿਆਂ ਨੂੰ ਇਹੀ ਮਾਨਤਾ ਦੇ ਦਿੱਤੀ ਉਹਨਾਂ ਦੇ ਭਰਾ ਭਾਈ ਮਨਜੀਤ ਸਿੰਘ ਨੂੰ ਜੀ। ਨੌਜਵਾਨਾਂ ਨੇ ਬਾਹਰ ਬੈਠਿਆਂ ਨੇ ਉਹਨਾਂ ਦੀ ਜਗ੍ਹਾ 'ਤੇ ਉਹਨਾਂ ਦੇ ਬ੍ਰਦਰ ਨੂੰ ਹੀ ਮੰਨ ਲਿਆ, ਸੰਤ ਕਰਤਾਰ ਸਿੰਘ ਜੀ ਦੇ ਦੂਸਰੇ ਸਪੁੱਤਰ ਨੂੰ ਜੀ। ਅਤੇ ਬਹੁਤ ਵੱਡਾ ਜਿਹੜਾ ਇੱਕ ਹੁਲਾਰਾ ਆਇਆ ਕੌਮ ਦੇ ਵਿੱਚ। 86 ਦੇ ਵਿੱਚ ਮੈਂ 11 ਸਾਲ ਦਾ ਸੀ ਅਤੇ ਸਕੂਲਾਂ ਕਾਲਜਾਂ ਦੇ ਵਿੱਚ ਨੌਜਵਾਨਾਂ ਦਾ ਇੱਕ ਟ੍ਰੈਂਡ ਬਣ ਗਿਆ, ਇੱਕ ਫੈਸ਼ਨ ਬਣਾ ਲਿਆ ਕਿ ਉੱਤੋਂ ਦੀ ਗਾਤਰਾ ਜੀ ਅਤੇ ਨੌਜਵਾਨਾਂ ਨੇ ਕੇਸਰੀ ਰੰਗ ਦੀਆਂ ਸੋਹਣੀਆਂ ਦਸਤਾਰਾਂ ਔਰ ਸਤਿਕਾਰਯੋਗ ਮੇਰੀਆਂ ਭੈਣਾਂ ਨੇ ਕੇਸਰੀ ਦੁਪੱਟੇ ਲੈ ਲੈਣੇ ਜੀ। ਅਤੇ ਜਦੋਂ ਵੀ ਕਿਤੇ ਪ੍ਰੋਗਰਾਮ ਹੋਣੇ ਮੱਸਿਆ ਦੇ ਦਿਨ ਲੱਗਦੇ ਜਾਂ ਕਿਤੇ ਵੀ, ਅਤੇ ਕਵੀਸ਼ਰਾਂ ਨੇ 84 ਦੇ ਘੱਲੂਘਾਰੇ ਦਾ ਸੰਘਰਸ਼ ਆਉਣਾ, ਭਾਈ ਸਾਹਿਬ ਹੋਣਾ ਦੀਆਂ ਸ਼ਹਾਦਤਾਂ ਬਾਰੇ ਦੱਸਣਾ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸੰਘਰਸ਼ ਬਾਰੇ ਚਾਨਣਾ ਪਾਉਣਾ, ਉਹਨਾਂ ਚੀਜ਼ਾਂ ਨੇ ਪ੍ਰੇਰਦਿਆਂ ਪ੍ਰੇਰਦਿਆਂ ਸਾਨੂੰ ਅਸੀਂ ਇੱਕ ਤਰਫ ਵੀ ਦਮਦਮੀ ਟਕਸਾਲ 'ਚ ਮੈਂ ਸ਼ਾਮਿਲ ਹੋ ਗਿਆ ਜੀ। ਇਹ ਸਾਰੀਆਂ ਚੀਜ਼ਾਂ ਨੇ ਅਸਰ ਕੀਤਾ ਮੈਂ ਦਮਦਮੀ ਟਕਸਾਲ 'ਚ ਆ ਗਿਆ। ਦਮਦਮੀ ਟਕਸਾਲ ਦੇ ਵਿੱਚ ਵੀ ਪੜ੍ਹਦਿਆਂ ਪੜ੍ਹਾਈ ਕਰਦਿਆਂ ਗੁਰਮਤ ਦੀ ਤਾਂ ਮਨ ਉੱਥੇ ਹੀ ਰਿਹਾ। ਉੱਥੇ ਫਿਰ ਕੀ ਸਿੱਖਿਆ ਤੁਸੀਂ, ਕਥਾ ਕੀਰਤਨ ਜਾਂ ਕੀ? ਮੈਂ ਗੁਰਮਤ ਦੀ ਗੁਰਬਾਣੀ ਦੀ ਸੰਥਿਆ ਲਈ। ਠੀਕ ਹੈ ਜੀ। ਸਤਿਕਾਰਯੋਗ ਸਾਡੇ ਜਿਹੜੇ ਗੁਰਮਤ ਦੀ ਵਿੱਦਿਆ ਦਿੰਦੇ ਸੀ ਗਿਆਨੀ ਭਾਈ ਪ੍ਰੇਮ ਸਿੰਘ ਜੀ ਜੀ, ਹਾਂਜੀ, ਗਿਆਨੀ ਸਰਜੀਤ ਸਿੰਘ ਜੀ ਸੋਧੀ ਜੀ, ਗਿਆਨੀ ਜੋਗਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਭਿੰਦਰ ਸਿੰਘ ਜੀ, ਪੰਜਾਂ ਪਿਆਰਿਆਂ ਦੀ ਸੇਵਾ ਵੀ ਕਰਦੇ ਸੀ, ਭਗਤ ਸੁੱਚਾ ਸਿੰਘ ਜੀ ਗਿਆਨੀ, ਇਸ ਤਰ੍ਹਾਂ ਕਰਕੇ ਕਾਫੀ ਸਿੰਘ ਸੀ ਜਿਹੜੇ ਵਿਦਵਾਨ ਗੁਰਮਤਿ ਦੀ ਸੰਥਿਆ ਦਿੰਦੇ ਸੀ। ਕਲਾਸਾਂ ਲੱਗਦੀਆਂ ਸੀ, ਮੈਂ ਗੁਰਬਾਣੀ ਦੀ ਸੰਥਿਆ ਲੈਂਦਾ ਰਿਹਾ ਜੀ। ਠੀਕ ਹੈ ਜੀ। ਦੇ ਦਰਮਿਆਨ ਪਰ ਜਿੱਥੇ ਰੁਚੀ ਹੋਵੇ ਨਾ ਸੋ ਤਾਂ ਉੱਥੇ ਹੀ ਰਹੀ ਕਿ ਯਾਰ ਫੈਡਰੇਸ਼ਨ ਵਾਲੇ ਆ ਨਾ, ਜਿਹੜਾ ਨਾਂ ਬੜਾ ਦਿਮਾਗ 'ਚ ਮੇਰੇ ਚੰਗਾ ਲੱਗਿਆ, ਜਿਵੇਂ ਕਿ ਕੋਈ ਕੁਦਰਤ ਦੀ ਗੱਲ ਹੁੰਦੀ ਆ। ਮੈਂ ਨਾ ਤਾਂ ਉੱਥੇ ਰਹਿ ਕੇ ਕਥਾ ਸਿੱਖੀ, ਨਾ ਮੈਂ ਰਾਗੀ ਸਿੰਘ ਬਣ ਸਕਿਆ, ਕੀਰਤਨ ਦੀ
मैं गुरबाणी की संथ्या लई तो मैं थोड़ा जहा मेरा दिमाग ही उधर सी कुछ जुझारू साडी नौजवानों की सिख कौम की आजादी लिए खालिस्तान की प्राप्ति वास्ते राज भाग की इच्छा रख के नौजवान घरों छड़ के कौम के राहां ते तुरे सी जी। वो भी मन च चा आउंदा सी ये साडी कौम के हीरे ने भाई हरजिंदर सिंह जिंदा ते भाई सुखदेव सिंह किहड़े सन दे विच अपनी फेडरेशन तैयार की। मैं कहने तो भाव कि मैं उन्होंने टकसाल च रहा हो मैं फैडरेशन दरगर्मियों गाए बगाए हिस्सा लैन लग पाया जी। जिथे भी कैंप लाने उस समय चलो अज जिथे मर्जी चले गए ने कभी तो साढ़े चो गए ने साढ़े ही ने भाई रजिंद्र सिंह मेहता अमरजीत सिंह चावला भाई मनजीत सिंह हरमिंदर सिंह गिल ही सी मेन आगू। ये मैं 91-92 दियां गल्लां दसदा 93-94 दियां जदों ये तुरे सी ये जेलां चों आ गए सी 90-94 च बाहर आ गए ने जी। ਤਾਂ ਚੰਗਾ ਲੱਗਦਾ ਸੀ ਮੈਂ ਕੈਂਪ ਅਟੈਂਡ ਕਰਦਾ ਰਿਹਾ ਪਰ ਮੇਰੀ ਜਿਵੇਂ ਕਿ ਮੈਂ ਉਸ ਚੀਜ਼ ਨੂੰ ਲੈ ਕੇ ਮੁੜ ਕੇ ਅਸੀਂ ਦਮਦਮੀ ਟਕਸਾਲ 'ਚ ਪੜ੍ਹਦਿਆਂ ਮੁੜ ਕੇ ਸਾਡੇ ਸਤਿਕਾਰਯੋਗ ਬਾਬਾ ਜੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਉਹ 2004 ਦੇ ਵਿੱਚ 24 ਦਸੰਬਰ ਨੂੰ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਦਮਦਮੀ ਟਕਸਾਲ ਦੇ ਵਿੱਚ ਕੁਝ ਵਖਰੇਵੇਂ ਸਿੰਘਾਂ ਦੇ ਵਿੱਚ ਆਪਸ ਵਿੱਚ ਮਤਭੇਦ ਪੈਦਾ ਹੋ ਗਏ ਅਸੀਂ ਘਰਾਂ 'ਚ ਆ ਗਏ ਜੀ। ਤਾਂ ਗੁਰਮਤਾ ਕਰਕੇ ਕਾਫੀ ਸਿੰਘਾਂ ਨੇ ਵੀ ਆਪਾਂ ਕੋਈ ਏਦਾਂ ਦੀ ਨੌਜਵਾਨਾਂ ਦੀ ਜਥੇਬੰਦੀ ਬਣਾ ਲਈਏ ਜਦੋਂ ਬਾਹਰ ਹੀ ਆ ਗਏ ਟਕਸਾਲ ਚੋਂ ਕੁਛ ਕਰੀਏ ਗੁਰਕਰਮ ਦਾ ਤੇ ਅਸੀਂ ਜਥੇਬੰਦੀ ਬਣਾ ਲਈ ਕਿ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਇਹਦਾ ਨਾਂ ਰੱਖ ਲਿਆ ਤੇ 7 ਅਗਸਤ 2006 ਨੂੰ ਇਹ ਦਮਦਮੀ ਟਕਸਾਲ ਦੇ ਸਿੰਘਾਂ ਨੇ ਅਸੀਂ ਇਕੱਠਿਆਂ ਹੋ ਕੇ ਤਾਂ ਫੈਡਰੇਸ਼ਨ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਸਥਾਪਿਤ ਕਰ ਦਿੱਤੀ ਜੀ। ਪਿੰਡਰਾਂਵਾਲਾ ਨਾਂ ਇਸ ਕਰਕੇ ਰੱਖਿਆ ਗਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਅਤੇ ਦਮਦਮੀ ਟਕਸਾਲ ਦਾ ਗੂੜਾ ਰਿਸ਼ਤਾ ਸੀ ਜੀ। ਅਤੇ ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਸਾਂ ਜੀ, ਚਾਹ ਫੈਡਰੇਸ਼ਨ ਦਾ ਸੀ, ਦੋਵੇਂ ਚੀਜ਼ਾਂ ਦਾ ਸੀ, ਫੈਡਰੇਸ਼ਨ ਦਾ ਵੀ ਸੁਮੇਲ ਕਰ ਦਿੱਤਾ ਅਤੇ ਇਸ ਤਰਜ਼ ਕੀਤਾ ਕਿ ਕੱਲ੍ਹ ਨੂੰ ਪਿੰਡਰਾਂਵਾਲਾ ਲਫਜ਼ ਇਸ ਕਰਕੇ ਨਾਲ ਉਹਦੇ ਜੋੜਤਾ ਕਿ ਕੋਈ ਬੰਦਾ ਜਿਵੇਂ ਅੱਜ ਬਹੁਤ ਸਾਰੇ ਨਾਵਾਂ ਦੇ ਨਾਲ ਮੇਰੇ ਵੀਰ ਨੇ ਸਤਿਕਾਰਯੋਗ ਨੇ ਸਾਰੇ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਸਾਰਿਆਂ ਨੇ ਬਾਈ ਨੇਮ ਆਪਣੇ ਨਾਂ ਨਾਲ ਫੈਡਰੇਸ਼ਨਾਂ ਜੋੜ ਲਈਆਂ ਨੇ ਜੀ। ਪਰ ਮੈਂ ਇਹ ਕੋਸ਼ਿਸ਼ ਕੀਤੀ ਕਿ ਉਸ ਜਥੇਬੰਦੀ ਇਹੋ ਜਿਹੀ ਬਣਾਈਏ ਕਿ ਜਿਸ ਦੇ ਨਾਂ ਨਾਲ ਮੁੜ ਕੇ ਅਗਲੇ ਬੰਨੇ ਕੋਈ ਆਪਦਾ ਬੰਦਾ ਨਾਂ ਨਾਲ ਆ ਸਕੇ। ਹੁਣ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ, ਪਰ ਉਹਦੇ ਅੱਗੇ ਕੋਈ ਗੋਪਾਲਾ ਕੋਈ ਮੈਣਾ ਨਹੀਂ ਰੱਖਦਾ, ਪ੍ਰਧਾਨ ਕੋਈ ਵੀ ਬਣ ਜਾਵੇ, ਕੋਈ ਵੀ ਬਣ ਜਾਵੇ, ਨਾਮ ਉਹੀ ਰਹੇਗਾ, ਨਾਮ ਉਹ ਰਹੂ, ਕੋਈ ਆਪਦਾ ਕੋਈ ਕਿਸੇ ਬੰਦੇ ਦਾ ਮੇਰਾ ਕੋਈ ਵਜੂਦ ਨਹੀਂ, ਮੇਰਾ ਕੋਈ ਇਤਿਹਾਸ ਕੋਈ ਚੀਜ਼ ਨਹੀਂ ਹੈਗੀ ਮੇਰੇ ਨਾਂ ਨਾਲ ਨਹੀਂ। ਜੇ ਫੈਡਰੇਸ਼ਨ ਚੱਲੀ ਹੈ ਤਾਂ ਪਿੰਡਰਾਂਵਾਲਾ ਨਾਂ ਨਾਲ ਚੱਲੀ ਹੈ ਜੀ, ਅਤੇ ਉਹ ਨਾਂ ਨੂੰ ਇੰਨੀ ਬਰਕਤ ਇੰਨੇ ਭਾਗ ਲੱਗੇ ਕਿ ਗੁਰੂ ਦੀ ਕਿਰਪਾ ਨਾਲ ਅੱਜ ਦੇਸ਼ ਵਿਦੇਸ਼ ਦੇ ਵਿੱਚ ਜਥੇਬੰਦੀ ਚੜ੍ਹਦੀ ਕਲਾ ਨਾਲ ਚੱਲ ਰਹੀ ਹੈ। ਦੇਸ਼ ਵਿਦੇਸ਼ ਵਿੱਚ ਚੜ੍ਹਦੀ ਕਲਾ ਨਾਲ ਚੱਲਦੀ, ਤੁਸੀਂ ਐਸੇ ਕਿਹੜੇ ਕੰਮ ਸਮਾਜ ਦੇ ਵਿੱਚ ਕੀਤੇ ਆ ਕਿ ਇਹ ਸੰਸਥਾ ਆਪਣੇ ਕੰਮਾਂ ਤੋਂ ਜਾਣੀ ਜਾਂਦੀ ਹੋਵੇ? ਵੇਖੋ ਜੀ, ਜਿੱਥੇ ਵੀ ਕੌਮ ਨੂੰ ਕਿਤੇ ਵੀ ਸਾਨੂੰ ਲੱਗਿਆ ਕਿ ਸਾਡੀ ਕੌਮ ਦੇ ਵਿੱਚ ਜਦੋਂ 2006 ਦੇ ਵਿੱਚ ਅਜੇ ਇੰਨਾ ਕੁਛ ਨਹੀਂ ਸੀ ਹੋਣ ਚਾਹਿਆ, ਨੌਜਵਾਨਾਂ ਨੇ ਅੱਜ ਜਦੋਂ ਇੱਕ ਜਿਹੜਾ ਅੱਜ ਕੱਲ੍ਹ ਦਾ ਮੀਡੀਆ ਜਿਹੜਾ ਮੋਬਾਈਲਾਂ ਦਾ ਇਹ ਹੁਣ ਦੌਰ ਸ਼ੁਰੂ ਹੋਇਆ, ਇਸ ਤੋਂ ਬਾਅਦ ਇਸ ਤੋਂ ਪਹਿਲਾਂ ਕੁਛ ਨਹੀਂ ਸੀ, ਉਦੋਂ ਇੰਨਾ ਤੇਜ਼ੀ ਨਾਲ ਨਹੀਂ ਸੀ ਚੱਲਦਾ, ਵਟਸਐਪ ਵਗੈਰਾ ਨਹੀਂ ਸੀ ਚੱਲਦੇ, ਤਾਂ ਉਦੋਂ ਬਹੁਤ ਥੋੜ੍ਹੀਆਂ ਜਥੇਬੰਦੀਆਂ ਜੇ ਬਣੀਆਂ ਸੀ। ਜਿਵੇਂ ਕਿ ਉਸ ਸਮੇਂ ਕੀ ਹੁੰਦਾ ਸੀ, ਭਨਿਆਰੇ ਵਾਲੇ ਨੇ ਬਹੁਤ ਬੇਅਦਬੀਆਂ ਕਰਾਈਆਂ ਗੁਰੂ ਸਾਹਿਬ ਦੀਆਂ, ਇਹਦੇ ਵਿਰੁੱਧ ਤੁਹਾਡੀ ਜਥੇਬੰਦੀ ਦਾ ਕੀ ਰੋਲ ਰਿਹਾ? ਅਸੀਂ ਜੀ ਜੋ ਵੀ ਜਿੱਥੇ ਵੀ ਜਾ ਕੇ ਕਿਤੇ ਸਟ੍ਰਾਈਕ ਕਰਨੀ ਜੀ, ਇਹਦੇ ਵਿਰੁੱਧ ਸਟ੍ਰਾਈਕਾਂ ਕੀਤੀਆਂ ਨੇ ਜੀ, ਧਰਨੇ ਲਾਏ, ਲੜੇ ਜੀ, ਠੀਕ ਹੈ ਜੀ। ਜੇ ਕਿਤੇ ਬਹੁਤਾ ਇਹਦੇ ਨਾਲ ਸਾਡਾ ਟਕਰਾਅ ਸ਼ਿਵ ਸੈਨਾ ਵਾਲਾ ਹੁੰਦਾ ਰਿਹਾ ਜੀ, ਜਦੋਂ 6 ਜੂਨ ਆਉਂਦੀ ਆ ਉਦੋਂ ਇਹ ਸਾਡੇ ਨਾਲ ਕਿਤੇ ਨਾ ਕਿਤੇ ਇੱਟ ਖੜਿਕਾ ਲੈਂਦੇ ਸੀ, ਪਰ ਅਸੀਂ ਇਹਨਾਂ ਨੂੰ ਨਹੀਂ ਸੀ ਲੈਣ ਦਿੰਦੇ। ਫਿਰ ਇਹ 2007 ਨੂੰ ਇਹਨਾਂ ਨੇ ਇਹ ਕੀ ਚਾਹੁੰਦੇ ਸੀ? ਸ਼ਿਵ ਸੈਨਾ ਵਾਲੇ ਇੱਕੋ ਗੱਲ ਕਰਦੇ ਸੀ ਕਿ ਇਹ ਜਿਹੜੇ ਖਾਲਿਸਤਾਨੀ ਨੇ, ਇਹ ਸੰਤ ਭਿੰਡਰਾਂ ਵਾਲਿਆਂ ਦਾ ਜਿਹੜਾ ਕਿ ਇਹ ਲਹਿਰ ਚਲਾਉਣੇ ਦੇ ਦੁਬਾਰਾ ਇਹ ਹੀਰੋ ਬਣਾਉਣਾ ਚਾਹੁੰਦੇ ਸੰਤ ਭਿੰਡਰਾਂ ਵਾਲਿਆਂ ਨੂੰ। ਅਸੀਂ ਆਹ ਯਾਰ ਸਾਡਾ ਦੇਸ਼, ਸਾਡਾ ਪੰਜਾਬ, ਅਸੀਂ ਸਿੱਖ, ਸਾਡੇ ਸੰਤ ਜਰਨੈਲ ਸਿੰਘ ਜੀ, ਸਾਡੇ ਸ਼ਹੀਦ ਅਤੇ ਸਾਡੀ ਕੌਮ, ਅਤੇ ਸਾਨੂੰ ਇਹ ਲੋਕ ਉੱਠ ਕੇ ਲਲਕਾਰਨ ਅਤੇ ਵੰਗਾਰਨ, ਅਸੀਂ ਕਿੱਥੇ ਚਲੇ ਗਏ ਹਾਂ ਜੀ। ਫਿਰ ਇਹਨਾਂ ਨੇ ਤਰਨ ਤਾਰਨ ਸਾਹਿਬ ਦੇ ਵਿੱਚ ਇੱਕ ਇਹਨਾਂ ਨੇ ਇੱਕ ਤਾਂਡ ਵਰਖ ਲਿਆ, ਆਪਦਾ ਹੀ ਰੱਖ ਲਿਆ, ਮਿਰਤ ਲਿਆ ਵੀ ਅਸੀਂ ਪੁਤਲਾ ਸਾੜਾਂਗੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪੁਤਲਾ ਸਾੜਾਂਗੇ। ਅਸੀਂ ਆਖਿਆ ਵੀ ਪੁਤਲੇ ਲੀਡਰਾਂ ਦੇ ਸੜਦੇ ਨੇ, ਸਿੱਖੀ ਦਾ ਪੁਤਲਾ ਨਹੀਂ ਸੜਦਾ ਜੀ। ਉਹਨਾਂ ਨੇ ਸਿਰ 'ਤੇ ਪੱਗ ਬਣਾ ਕੇ ਪੁਤਲੇ ਦੇ ਗਲ ਗਾਤਰਾ ਪਾ ਕੇ ਪੂਰਾ ਸਿੱਖ ਚਿਹਰੇ ਦਾ ਪੁਤਲਾ ਬਣਾਇਆ, ਅਸੀਂ ਪੁਤਲੇ ਰੋਜ਼ ਸੜਦੇ ਸਾੜੋ, ਪਰ ਜੇ ਤੁਸੀਂ ਕਿਤੇ ਸੰਤ ਜਰਨੈਲ ਸਿੰਘ ਬਾਰੇ ਗੱਲ ਕੀਤੀ ਤਾਂ ਸਾਨੂੰ ਬਰਦਾਸ਼ਤ ਨਹੀਂ ਹੋਣੀ ਜੀ। ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਨੇ ਪੁਤਲੇ ਦੀ ਗੱਲ ਕੀਤੀ, ਅਤੇ ਤੁਸੀਂ ਇੱਕ ਬਹੁਤ ਵੱਡਾ ਸਟੈਂਡ ਲਿਆ,
तो क्योंकि तुहाडी संस्था के नाम नाल कि भिंडरां वाला वर्ड जुड़ चुका है, तुहानू लोकां दीआं गल्लां जरूर सुणनियां पैंदियां। ठीक है जी, ठीक है जी, ठीक है। इस करके स्टैंड लिया, पर जिहड़े साडे अखौती लीडर ने कौम दा बेड़ा गर्क करन दे उपर तुले ने, साडे नौजवानां दे विच नशे दी भरमार आ गई, साडे विच बेरोज़गारी लोड़ तों वध के आ गई, किसानां दीआं फसलां दे वधिया भाअ नहीं मिलदे पए, फसलां टाइम सिर चक्कियां नहीं जा रहीआं, खुदकशियां करदे पए ने, आखिरकार इह पंजाब ते सारे ही अपना है। फिर आप एक मुद्दे के उपर इन्ना ज़्यादा फोकस कर दिया, बाकी सारे मुद्दों तो साडा ध्यान पासे को चला गया, इहदा की कारण है? वेखो जी, जदों कोई कौम लीडरलैस हो जावे ना जी, ਉਹਦੇ ਨਾਲ ਇਹੋ ਕੁਛ ਹੀ ਵਾਪਰਦਾ। ਕਿਸੇ ਕੌਮ ਲੀਡਰਲੈਸ ਹੈ ਇਸ ਵਕਤ? ਅਸੀਂ ਆਪਣਾ ਲੀਡਰ ਗਵਾ ਲਿਆ ਜੀ, ਸਾਡੇ ਕੋਲ ਕੌਮ ਤੁਹਾਡੇ ਮੁਤਾਬਕ ਇਸ ਵਕਤ ਬਿਨਾਂ ਲੀਡਰ ਦੇ ਤੁਰੀ ਫਿਰਦੀ ਹੈ? ਬਿਨਾਂ ਲੀਡਰ ਦੇ ਆ ਕੌਮ। ਅਸੀਂ ਜ਼ਰੂਰ ਤੁਹਾਡੇ ਕੋਲ ਇਹ ਬਰੀਕੀ ਜਾਣਾਂਗੇ ਵੀ ਤੁਸੀਂ ਕਿਸ ਆਧਾਰ ਦੇ ਉੱਪਰ ਇਹ ਗੱਲ ਕਰਦੇ ਹੋ ਕਿ ਸਿੱਖ ਕੌਮ ਦਾ ਇਸ ਵਕਤ ਕੋਈ ਵੀ ਲੀਡਰ ਨਹੀਂ। ਪਰ ਦਰਸ਼ਕੋ, ਸਮਾਂ ਹੋ ਗਿਆ, ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। सारा प्रोग्राम हाई डेफिनेशन से कवर किया जाएगा। जे तुसी गुरु महाराज के पैगाम नूं घर घर तक पहुंचाना चाहते हो तो अज ही प्रोग्राम रिकॉर्ड करवाने लई संपर्क करो 07707484906 ते। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦਾ ਵਾਂ। ਦਰਸ਼ਕੋ, ਅੱਜ ਆਪਣੇ ਨਾਲ ਸਟੂਡੀਓ ਵਿੱਚ ਨੇ ਬਲਵੰਤ ਸਿੰਘ ਜੀ ਗੋਪਾਲਾ। ਗੱਲ ਚੱਲਦੀ ਸੀ, ਵੀਰ ਜੀ ਨੇ ਕਿਹਾ ਕਿ ਇਸ ਵਕਤ ਭਟਕਣਾ ਦਾ ਬੜਾ ਵੱਡਾ ਕਾਰਨ ਹੈ ਕਿ ਸਾਡੀ ਕੌਮ ਦਾ ਲੀਡਰ ਨਹੀਂ ਹੈ, ਸਾਡੀ ਕੌਮ ਦਾ ਇੱਕ ਆਗੂ ਨਹੀਂ ਹੈ। ਅਸੀਂ ਵੀਰ ਜੀ ਦੇ ਕੋਲ ਇਹ ਚੀਜ਼ਾਂ ਜ਼ਰੂਰ ਜਾਣਾਂਗੇ ਵੀ ਅੱਜ ਕੌਮ ਨੂੰ ਕਿਹੋ ਜਿਹੇ ਆਗੂ ਦੀ ਲੋੜ ਹੈ, ਕਿਉਂਕਿ ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਗੁਰਬਾਣੀ ਦੇ ਵਿੱਚੋਂ ਇੱਕ ਜਵਾਬ ਮਿਲਦਾ ਹੈ, ਅੰਧਾ ਆਗੂ ਜੇ ਥੀ ਹੈ ਕਿ ਉਹ ਪੱਧਰ ਜਾਣਾ ਹੈ। ਉਹ ਕੈਸਾ ਆਗੂ ਕੌਮ ਨੂੰ ਚਾਹੀਦਾ ਅਤੇ ਕੌਮ ਨੂੰ ਕਿਸ ਜਗ੍ਹਾ ਦੇ ਉੱਪਰ ਲਿਜਾ ਸਕਦਾ ਹੈ, ਜਾਣਦੇ ਹਾਂ ਵੀਰ ਬਲਵੰਤ ਸਿੰਘ ਜੀ ਗੋਪਾਲਾ ਦੇ ਕੋਲੋਂ। ਵੀਰ ਜੀ, ਤੁਸੀਂ ਗੱਲ ਕੀਤੀ ਸੀ ਇਸ ਵਕਤ ਕੌਮ ਦਾ ਕੋਈ ਵੀ ਲੀਡਰ ਨਹੀਂ। ਹਾਂਜੀ, ਤੁਹਾਡੇ ਵਰਗੇ ਆਗੂ ਵੀ ਨੇ, ਹੋਰ ਵੀ ਜੁਝਾਰੂ ਸਿੰਘ ਨੇ ਜਿਹੜੇ ਕੌਮ ਦਾ ਦਰਦ ਰੱਖਦੇ ਨੇ, ਅਸੀਂ ਇਹਨਾਂ ਨੂੰ ਅੱਗੇ ਕਿਉਂ ਨਹੀਂ ਲਾਇਆ? ਜਿਹੜੀ ਹੈ ਨਾ ਜੀ ਗੱਲ ਲੀਡਰ ਦੀ ਜੀ, ਜਿਸ ਕੌਮ ਦੀ ਆਪਾਂ ਗੱਲ ਕਰਦੇ ਹਾਂ, ਮੈਂ ਗੱਲ ਕਰਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਜੀ, ਅਸੀਂ ਲੀਡਰਲੈਸ ਕਿਉਂ ਹੋਏ ਅਤੇ ਸਾਨੂੰ ਕਿਹੋ ਜਿਹਾ ਲੀਡਰ ਚਾਹੀਦਾ ਸੀ ਜੀ, ਅਤੇ ਕੌਮ ਕਿਹੜੀ ਆ? ਜਿਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਸਰਸਾ ਨਦੀ 'ਤੇ ਆ ਗਏ, ਠੀਕ ਹੈ ਜੀ, ਜੰਗ ਯੁੱਧਾ ਵੇਲਾ ਪਰਿਵਾਰ ਵਿਛੜ ਗਿਆ, ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਵਿਛੜ ਗਏ ਨੇ, ਇਹੋ ਜਿਹੇ ਹਾਲਾਤ ਦੇ ਵਿੱਚ ਵੀ ਜੇ ਸਾਡੇ ਸਤਿਗੁਰੂ ਨੇ, ਕੌਮ ਦੇ ਸਿਰਜਣਹਾਰ ਨੇ, ਕੌਮ ਦੇ ਰਹਿਬਰ ਨੇ ਜੀ, ਉਸ ਵਕਤ ਸਰਸਾ ਨਦੀ ਦੇ ਕੰਢੇ ਬੈਠ ਕੇ ਨਿਤਨੇਮ ਨਹੀਂ ਛੱਡਦੇ ਜੀ, ਅੰਮ੍ਰਿਤ ਵੇਲਾ ਸੰਭਾਲਦੇ ਆ, ਜੰਗ ਯੁੱਧ ਦਾ ਟਾਈਮ ਆ, ਸਿਆਲ ਦੇ ਦਿਨ ਨੇ, ਧੁੰਦ ਕਹਿਰਾਂ ਦੀ ਆ, ਸਰਦੀ ਕਹਿਰਾਂ ਦੀ ਆ ਜੀ, ਜ਼ਾਲਮ ਸਿਰ 'ਤੇ ਚੜਿਆ ਹੋਇਆ ਹੈ, ਸਿੰਘ ਰੁੜ ਗਏ ਨੇ ਜੀ, ਇੰਨਾ ਘਮਸਾਨ ਹੋ ਚੁੱਕਾ ਹੈ, ਸੈਂਕੜੇ ਸਿੰਘ ਨਾਲ ਦੇ ਸ਼ਹੀਦ ਹੋ ਗਏ ਨੇ ਜੀ, ਤਾਂ ਗੁਰੂ ਸਾਹਿਬ ਉੱਥੇ ਅਕਾਲ ਪੁਰਖ ਦਾ ਭਾਣਾ ਮੰਨ ਕੇ ਕਹਿੰਦੇ, ਸਿੰਘੋ ਅੰਮ੍ਰਿਤ ਵੇਲਾ ਨਿਤਨੇਮ ਦਾ ਵੇਲਾ ਹੋ ਗਿਆ, ਆਸਾ ਦੀ ਵਾਰ ਦਾ ਕੀਰਤਨ ਕੀਤਾ, ਨਿਤਨੇਮ ਕੀਤਾ ਸਿੰਘਾਂ ਨੇ, ਫਿਰ ਕਮਰ ਕਸੇ ਕਰਕੇ ਅਤੇ ਜੂਝੇ ਨੇ, ਅਤੇ ਜਿਸ ਕੌਮ ਦਾ ਗੁਰੂ ਗੁਰਬਾਣੀ 'ਤੇ ਇੰਨਾ ਨਿਸ਼ਚਾ ਰੱਖ ਕੇ, ਵਿਸ਼ਵਾਸ ਰੱਖ ਕੇ ਲੜਦਾ ਹੋਵੇ, ਤਾਂ ਉਹਦਾ ਸਿੱਖ ਕਿਹੋ ਜਿਹਾ ਚਾਹੀਦਾ ਜੀ? ਅਤੇ ਅਸੀਂ ਉਸ ਸਤਿਗੁਰੂ ਦੀ ਕੌਮ ਆ, ਉਸ ਸਤਿਗੁਰੂ ਨੇ ਸਾਡੇ ਵਾਸਤੇ ਆਪਣਾ ਸਰਬੰਸ ਕੁਰਬਾਨ ਕਰਦਿਆਂ, ਅਤੇ ਆਪਣੇ ਛੋਟੇ ਛੋਟੇ ਸਾਹਿਬਜ਼ਾਦੇ ਸਾਡੇ ਤੋਂ ਵਾਰ ਕੇ, ਆਪਣੇ ਪੁੱਤਰਾਂ ਦਾ ਖੂਨ ਇਸ ਕੌਮ ਦੇ ਦੀਵੇ ਵਿੱਚ ਪਾ ਕੇ, ਤੁਹਾਡੀਆਂ ਸਾਰੀਆਂ ਗੱਲਾਂ ਨੂੰ ਰਚਨਾ ਹੀ ਰੱਖਿਆ, ਮੈਂ ਸਾਰੀਆਂ ਗੱਲਾਂ ਨਾਲ ਤੁਹਾਡੀਆਂ ਸਹਿਮਤ ਹਾਂ ਵੀ ਗੁਰੂ ਸਾਹਿਬ ਜੀ ਨੇ ਆਪਣਾ ਹੱਥੀਂ ਵਸਾਇਆ ਅਨੰਦਪੁਰ ਵੀ ਛੱਡਿਆ, ਛੱਡਤਾ, ਆਪਣੇ ਬੱਚੇ ਵੀ ਬਾਹਰ ਦਿੱਤੇ, ਅਸੀਂ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ, ਅਸੀਂ ਆਪਣਾ ਸਵਾਰਥ ਛੱਡਣ ਨੂੰ ਤਿਆਰ ਨਹੀਂ, ਅਸੀਂ ਆਪਣਾ ਲਾਲਚ ਲੋਭ ਛੱਡਣ ਨੂੰ ਤਿਆਰ ਨਹੀਂ, ਅਸੀਂ ਆਪਣੀ ਈਗੋ ਛੱਡਣ ਨੂੰ ਤਿਆਰ ਨਹੀਂ। ਮੈਂ ਸੰਤ ਜਰਨੈਲ ਸਿੰਘ ਜੀ 'ਤੇ ਗੱਲ ਲਿਆਊਂਗਾ, ਦਮਦਮੀ ਟਕਸਾਲ ਦੇ ਮੁਖੀ ਸੀ ਜੀ, ਠੀਕ,
ਸਾਡੇ 'ਚ ਅਤੇ ਉਹਨਾਂ 'ਚ ਅੰਤਰ ਕੀ ਸੀ? ਪਹਿਲੋਂ ਮੈਂ ਗੁਰੂ ਸਾਹਿਬ ਜੀ ਦਾ ਪੱਖ ਦੱਸਿਆ ਆਪ ਜੀ ਨੂੰ ਜੀ, ਅਤੇ ਫਿਰ ਮੈਂ ਹੁਣ ਦਾ ਦੱਸਦਾ ਕੀ ਆ ਕਿ ਸਾਡੇ ਅਸੀਂ ਕੀ ਸੋਚਦੇ ਹਾਂ ਕਿ ਮੇਰੀ ਅਖਬਾਰ ਦੇ ਵਿੱਚ ਦਿਨ ਚੜ੍ਹਦੇ ਨੂੰ ਬਹੁਤ ਵੱਡੀ ਫੋਟੋ ਆ ਜਾਵੇ ਅਗਲੇ ਬੰਨੇ ਕਿ ਮੈਂ ਆਪਣੀ ਕੌਮ ਦੀ ਗਵਾਹੀ ਕਰਦਾ ਪਿਆ ਜੀ, ਅਤੇ ਮੈਂ ਨੈੱਟ ਦੇ ਉੱਤੇ ਮੇਰੀ ਖੂਬ ਚਰਚਾ ਹੋਵੇ, ਠੀਕ, ਅਤੇ ਨਿਤਨੇਮ ਅਸੀਂ ਕਰਦੇ ਨਹੀਂ ਜੀ, ਸਿਮਰਨ ਅਸੀਂ ਛੱਡ ਦਿੱਤਾ, ਗਾਤਰੇ ਸ੍ਰੀ ਸਾਹਿਬ ਅਸੀਂ ਲਕੌਲੇ ਥੱਲਿਓਂ ਦੀ ਪਾਉਣ ਲੱਗ ਪਏ ਵੀ ਇਹ ਸਾਡਾ ਇਹ ਜਿਹੜਾ ਜੀ ਇੱਕ ਤਾਂ ਇਹ ਕਿਸੇ ਨੂੰ ਦੇਖ ਨਾ ਪਵੇ ਵੀ ਗਾਤਰੇ ਵਾਲਾ ਸਿੰਘ ਆ, ਇਹ ਥੱਲਿਓਂ ਡੋਰੀ ਵਾਲੀ ਕਿਰਪਾਨ ਅਸੀਂ ਥੱਲਿਓਂ ਦੀ ਲਕੌਲੀ ਜਿਹੜੀ ਮਹਾਰਾਜ ਨੇ ਸਾਨੂੰ ਦਿੱਤੀ ਸੀ ਰਾਜ ਭਾਗ ਦੀ ਰੱਖਿਆ ਕਰਨ ਲਈ ਚਲਾਉਣ ਵਾਸਤੇ ਜੀ, ਸਾਰਾ ਕੁਛ ਤਾਂ ਅਸੀਂ ਛੱਡ ਦਿੱਤਾ, ਠੀਕ, ਅਤੇ ਜਿਹੜੇ ਸ਼ਹੀਦਾਂ ਦੀ ਗੱਲ ਅਸੀਂ ਕਰਦੇ ਹਾਂ ਉਹਨਾਂ ਦਾ ਜੀਵਨ ਕੀ ਸੀ? ਸੰਤ ਬਾਬਾ ਜਰਨੈਲ ਸਿੰਘ ਜੀ ਦਾ ਅਸੀਂ ਕਦੀ ਜੀਵਨ ਪੜ੍ਹਿਆ ਜੀ? ਉਹਨਾਂ ਦਾ ਨਿਤਨੇਮ ਕਿੰਨਾ ਸੀ? ਮੈਂ ਤਾਂ ਨਿਤਨੇਮ 'ਤੇ ਗੱਲ ਕਰੂੰ ਕਿ ਲੀਡਰ ਕਿਹੋ ਜਿਹਾ ਚਾਹੀਦਾ ਅਤੇ ਉਹਦੇ ਪੱਲੇ ਕੀ ਹੋਣਾ ਚਾਹੀਦਾ ਜੀ, ਉਹਨਾਂ ਨੂੰ ਕਿੰਨਿਆਂ ਨੇ ਆਣ ਕੇ ਆਖਿਆ ਜੀ ਟੌੜਾ ਸਾਹਿਬ ਤੁਹਾਡੇ ਬਾਰੇ ਅੱਜ ਆਹ ਬੋਲਦੇ ਨੇ, ਲੌਂਗੋਵਾਲਾ ਅੱਜ ਆਹ ਬੋਲਦੇ ਨੇ, ਠੀਕ, ਅੱਜ ਅਖੰਡ ਕੀਰਤਨੀ ਜਥੇ ਵਾਲੇ ਸਿੰਘ ਤੁਹਾਡੇ ਬਾਰੇ ਆਹ ਕਹਿ ਰਹੇ ਨੇ, ਬੱਬਰ ਖਾਲਸਾ ਵਾਲੇ ਸਿੰਘ ਆਹ ਕਹਿ ਰਹੇ ਨੇ, ਠੀਕ ਆ ਜੀ, ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਕਿ ਉਹਨਾਂ ਨੇ ਇੱਕੋ ਹੀ ਜਵਾਬ ਦਿੱਤਾ ਕਿ ਸਿੰਘੋ ਨਿਤਨੇਮ ਵਧਾ ਲਿਓ ਅਤੇ ਦਿੱਲੀ ਚਾਹੁੰਦੀ ਆ, ਦਿੱਲੀ ਵਾਲੇ ਚਾਹੁੰਦੇ ਆ ਕਿ ਇਹ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਹੀ ਗੋਲੀਆਂ ਚਲਾ ਕੇ ਇੱਥੇ ਇਹਨਾਂ ਦਾ ਖੂਨ ਡੁੱਲ ਜੇ, ਇਹਨਾਂ ਸਿੰਘਾਂ ਦੇ ਹੱਥਾਂ ਦੇ ਵਿੱਚ ਆਪਸ ਵਿੱਚ ਇਹਨਾਂ ਦੀਆਂ ਦਸਤਾਰਾਂ ਫੜੀਆਂ ਹੋਣ, ਜੇ ਇੱਕ ਦੂਜੇ ਦੇ ਕੇਸਾਂ ਤੋਂ ਫੜ ਕੇ ਅਤੇ ਪਰਿਕਰਮਾ 'ਚ ਧੂਏ ਫਿਰਦੇ ਹੋਣ, ਇਹ ਤਮਾਸ਼ਾ ਦਿੱਲੀ ਵੇਖਣਾ ਚਾਹੁੰਦੀ ਤੁਹਾਡਾ? ਮੰਨ ਲਿਆ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ ਵੀ ਆਗੂ ਸਾਡਾ ਇਹੋ ਜਿਹਾ ਚਾਹੀਦਾ। ਹਾਂਜੀ, ਜਿਹੜਾ ਭਰਾ ਮਾਰੂ ਜੰਗ ਤੋਂ ਬਚੇ ਬਚੇ, ਪਰ ਅੱਜ ਭਰਾ ਮਾਰੂ ਜੰਗ ਤਾਂ ਸਾਡੇ ਘਰਾਂ ਦੇ ਵਿੱਚ ਸ਼ੁਰੂਆਤ ਹੋਈ ਪਈ ਹੈ। ਉਹਦਾ ਕਾਰਨ ਕਿ ਸਾਡੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਆ ਕਿ ਹਉਮੈ ਵੜ ਗਈ, ਮੈਂ ਪਹਿਲੋਂ ਗੱਲ ਕਹਿ ਚੁੱਕਾ ਜੀ ਕਿ ਅਸੀਂ ਫੋਟੋ ਦੇ ਭੁੱਖੇ ਹੋ ਗਏ ਹਾਂ, ਅਸੀਂ ਹੋ ਗਏ ਫੋਟੋ ਸਿੱਖ। ਮੈਂ ਆਪਣੇ ਆਪ ਨੂੰ ਸਾਬਤ ਕਰਾਂ, ਜਿੱਥੇ ਕੁਰਬਾਨੀ ਦੀ ਲੋੜ ਆਊਗੀ ਉੱਥੇ ਅਸੀਂ ਲੁਕ ਜਾਵਾਂਗੇ, ਬਗਾਨੇ ਪੋਤੇ ਜੇਲ੍ਹਾਂ 'ਚ ਚਲੇ ਜਾਣ, ਉਹਨਾਂ ਨੂੰ ਗੋਲੀਆਂ ਵੱਜ ਜਾਣ ਅਤੇ ਅਸੀਂ ਉਹਨਾਂ ਦੀ ਸ਼ਹਾਦਤ ਦੇ ਉੱਤੇ ਰੋਟੀਆਂ ਸਿੱਖੀਏ ਜੀ। ਸਾਨੂੰ ਪੈਸੇ ਨੇ ਮਾਰਿਆ ਜੀ, ਸਾਨੂੰ ਚੌਧਰਾਂ ਨੇ ਮਾਰਿਆ ਜੀ, ਸਾਨੂੰ ਲੀਡਰੀ ਨੇ ਮਾਰਿਆ ਜੀ, ਸਾਨੂੰ ਧੜਿਆਂ 'ਚ ਵੰਡੇ ਗਏ, ਖੇਰੂੰ ਖੇਰੂੰ ਤੀਲਾ ਤੀਲਾ। ਮੈਨੂੰ ਕੋਈ ਆਖੇ ਬਲਵੰਤ ਸਿੰਘ ਤੂੰ ਘਰੇ ਜਾ ਕੇ ਬੈਠ ਜਾ, ਫੈਡਰੇਸ਼ਨ ਛੱਡ ਕੇ ਕਿਸੇ ਨਾਲ ਏਕਤਾ ਕਰਾਂ, ਤਾਂ ਮੈਂ ਦੂਜੇ ਬੰਨੇ ਮੂੰਹ ਕਰ ਲੂੰ ਜੀ, ਮੈਂ ਕਿਉਂ ਕਰਾਂ? ਕਿਸੇ ਹੋਰ ਸਿੱਖ ਦੇ ਘਰੇ ਚੱਲ ਜਾਓ, ਮੈਂ ਆਪਣੇ 'ਤੇ ਗੱਲ ਐਵਾਂ, ਪਹਿਲੋਂ ਮੈਂ ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ, ਮੈਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਾਂ ਕਿ ਮੇਰੇ 'ਚ ਕਿੰਨੀਆਂ ਚੰਗੀਆਂ ਆਈਆਂ? ਮੈਂ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲੋਂ ਮੈਂ ਆਪਣੇ ਆਪ ਨੂੰ ਦੇਖਾਂ ਕਿ ਮੈਂ ਆਪਣੇ ਆਪ ਨੂੰ ਸਾਧ ਲਿਆ। ਜੇ ਮੇਰੇ 'ਚ ਈਗੋ ਛੱਡਣ ਦਾ ਹੌਂਸਲਾ ਹਿੰਮਤ ਨਹੀਂ ਜੀ, ਮੈਂ ਦੂਜੇ ਸਿੱਖ ਨੂੰ ਕੀ ਕਹੂੰਗਾ? ਕੀ ਬਾਤ ਹੈ, ਅਸੀਂ ਫੁੱਟ ਦਾ ਸ਼ਿਕਾਰ ਹੋ ਗਏ, ਸਾਨੂੰ ਚੌਧਰਾਂ ਲਾਲਸਾ ਨੇ ਫੁੱਟ ਨੇ ਮਾਰਿਆ, ਤੀਲਾ ਤੀਲਾ ਹੋ ਗਈ ਹੈ। ਜਿਹੜਾ ਅੱਜ ਦਾ ਸਿੱਖ ਨੌਜਵਾਨ ਉਹਦੇ ਦਿਲਾਂ ਦੇ ਵਿੱਚ ਬਹੁਤ ਸਾਰੇ ਅਰਮਾਨ ਅਤੇ ਜਜ਼ਬਾਤ ਨੇ ਉਹਨਾਂ ਦੇ ਅੰਦਰ ਜੀ, ਪਰ ਇਸ ਕਦਰ ਕਿ ਉਹ ਕੁਛ ਕਰਨਾ ਚਾਹੁੰਦੇ ਆ। ਮੇਰੇ ਨਾਲ ਵੀ ਬਹੁਤ ਨੌਜਵਾਨ ਆਉਂਦੇ ਹੋਣਗੇ, ਬੈਠਦੇ ਹੋਣਗੇ। ਨਹੀਂ, ਮੈਂ ਤੁਹਾਡੀ ਉਸੇ ਗੱਲ ਨੂੰ ਲੈਣ ਲੱਗਾ, ਤੁਸੀਂ ਬੜੇ ਸੋਹਣੇ ਢੰਗ ਦੇ ਵਿੱਚ ਪੇਸ਼ ਕੀਤਾ ਵੀ ਆਗੂ ਕਿਹੋ ਜਿਹਾ ਚਾਹੀਦਾ। ਉੱਥੇ ਤੁਸੀਂ ਬਾਬਾ ਜਰਨੈਲ ਸਿੰਘ ਜੀ ਦੀ ਉਦਾਹਰਨ ਦਿੱਤੀ ਵੀ ਕਥਨੀ ਅਤੇ ਕਰਨੀ ਦਾ ਪੂਰਾ ਹੋਵੇ, ਜੋ ਗੱਲ ਕਹੀ ਉਹ ਪਗਾਤੀ। ਹਾਂਜੀ, ਸਾਡਾ ਆਗੂ ਐਸਾ ਚਾਹੀਦਾ। ਹਾਂਜੀ, ਨੰਬਰ 2 ਦੇ ਉੱਪਰ ਜੋੜ ਕੇ ਰੱਖਣ ਵਾਲਾ ਹੋਵੇ। ਹਾਂਜੀ, ਜਿਵੇਂ ਤੁਸੀਂ ਕਿਹਾ ਵੀ ਜੇ ਕਿਸੇ ਨੇ ਕਿਹਾ ਟੌੜਾ ਕੀ ਕਹਿੰਦਾ ਜੀ, ਫਲਾਣਾ ਕੀ ਕਹਿੰਦਾ ਜੀ, ਜਥੇ ਵਾਲੇ ਕੀ ਕਹਿੰਦੇ ਨੇ, ਫਲਾਣੇ ਕੀ ਕਹਿੰਦੇ ਨੇ, ਹੈ ਨਾ, ਉਹ ਕਹਿੰਦੇ ਤੁਸੀਂ ਆਪਣੇ ਨਿਤਨੇਮ ਵਾਲੇ ਪਾਸੇ ਧਿਆਨ ਦਿਓ, ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ। ਨਹੀਂ ਦੇਣਾ। ਔਰ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਉਹਨਾਂ ਨੇ ਭਰਾ ਮਾਰੂ ਜੰਗ ਹੋਣ ਨਹੀਂ ਦਿੱਤੀ ਜਿਹੜੀ ਸਰਕਾਰ ਚਾਹੁੰਦੀ ਸੀ। ਜਿਹੜੀ ਚਾਹੁੰਦੀ ਸੀ ਸਰਕਾਰ, ਚਾਹੁੰਦੀ ਸੀ ਕਿ ਆਪਸ ਦੇ ਵਿੱਚ ਇਹਨਾਂ ਦਾ ਤਣਾਅ ਜਿਹੜਾ ਕਰਵਾਇਆ ਜਾਵੇ, ਉਹ ਨਹੀਂ ਕੀਤਾ। ਹਾਂਜੀ, ਜਿਹੜੀ ਬਾਬਾ ਜਰਨੈਲ ਸਿੰਘ ਜੀ ਦੀ ਸੋਚ ਸੀ, ਅੱਜ ਉਹ ਸਾਡੇ ਵਿੱਚ ਕਿਉਂ ਨਹੀਂ ਲਾਗੂ? ਬਾਬਾ ਜਰਨੈਲ ਸਿੰਘ ਦਾ ਨਾਮ ਵਰਤਣ ਵਾਲੀਆਂ ਸੰਸਥਾਵਾਂ ਵੀ ਇਸ ਚੀਜ਼ ਤੋਂ ਕਿਉਂ ਨਹੀਂ ਬਚ ਸਕੀਆਂ? ਇਹਦੇ ਵਿੱਚ ਵੀਰ ਜੀ ਵੇਖੋ, ਜਦੋਂ ਅਸੀਂ ਗੁਰੂ ਨੂੰ ਪਿੱਠ ਦੇ ਦਿੱਤੀ ਨਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਹੋਈ ਆ ਜੀ, ਰੱਜ ਕੇ ਬੇਅਦਬੀ ਹੋਈ ਆ ਜੀ, ਠੀਕ, ਅਤੇ ਅਸੀਂ ਆਪਣੀ ਚੌਧਰ ਨਹੀਂ ਛੱਡੀ ਜੀ, ਅਸੀਂ ਆਪਦੀ ਲਾਲਸਾ ਉੱਥੇ ਵੀ, ਅਸੀਂ ਗੁਰੂ 'ਤੇ ਵੀ ਅਸੀਂ ਡਰਾਮੇ ਕੀਤੇ, ਗੁਰੂ 'ਤੇ ਵੀ ਚੌਧਰ ਚਮਕਾਈ ਜੀ। ਸਾਨੂੰ ਤਾਂ ਮਰ ਜਾਣਾ ਚਾਹੀਦਾ ਸੀ, ਸਾਡੇ ਗੁਰੂ ਵਾਸਤੇ ਸਭ ਕੁਛ, ਅਸੀਂ ਡੁੱਬ ਮਰਦੇ ਕੁਛ ਵੀ ਨਾ ਕਰ ਸਕੇ। ਅਸੀਂ ਇੱਕ ਦੂਜੇ 'ਤੇ ਐਲੀਗੇਸ਼ਨ ਲਾਏ ਵੀ ਉਹ ਵਿਕ ਗਿਆ, ਉਹ ਵਿਕ ਗਿਆ, ਉਹਨੇ ਉਹਦੇ ਨਾਲ ਸਤਿ ਸ਼੍ਰੀ ਅਕਾਲ ਕਰ ਲਈ ਆ, ਉਹ ਸਰਕਾਰ ਨਾਲ ਰੁਲ ਗਿਆ, ਸਵਾਏ ਇੱਕ ਦੂਜੇ 'ਤੇ ਐਲੀਗੇਸ਼ਨ ਲਾਉਣ ਤੋਂ ਅਸੀਂ ਆਪਣੇ ਗੁਰੂ ਵੱਲ ਧਿਆਨ ਨਹੀਂ ਦਿੱਤਾ ਜੀ। ਜੇ ਅਸੀਂ ਸਿੱਖ ਹੁੰਦੇ 18ਵੀਂ ਸਦੀ ਦੇ ਵਿੱਚ, ਸੁੱਖਾ ਸਿੰਘ ਮਹਤਾਬ ਸਿੰਘ ਮਰਦ ਸੀ, ਜਿਉਂਦੇ ਸੀ, ਉਹਨਾਂ ਨੂੰ ਸੁਨੇਹਾ ਮਿਲਿਆ ਹਰਿਮੰਦਰ ਸਾਹਿਬ ਦਾ ਸਰੋਵਰ ਮੱਸਾ ਰੰਗੜ ਪੂਰ ਰਿਹਾ ਜੀ, ਉਹ ਸਿਰ ਵੱਢ ਕੇ ਲੈ ਗਏ, ਉਹ ਮਰਦ ਸੀ, ਸਾਡੇ 'ਚੋਂ ਮਰਦਾਊਪਣਾ, ਸਾਡੇ 'ਚੋਂ ਅਣਖ, ਸਾਡੇ 'ਚੋਂ ਗੈਰਤ, ਸਵੈਮਾਨਤਾ ਖਤਮ ਹੋ ਚੁੱਕੀ, ਕਿਉਂਕਿ ਸਾਡੇ ਅੰਦਰੋਂ ਕੁਰਬਾਨੀ ਚਲੀ ਗਈ ਜੀ, ਗੁਰੂ ਦਾ ਸਤਿਕਾਰ ਚਲੇ ਗਿਆ। ਫਿਰ ਹੁਣ ਤੁਹਾਡੇ ਮੁਤਾਬਕ ਇਸ ਕੌਮ ਨੂੰ, ਜਿਵੇਂ ਤੁਸੀਂ ਦੱਸੇ ਵੀ ਜਜ਼ਬਾਤ ਬੜੇ ਨੇ, ਆਗੂ ਚਾਹੀਦਾ, ਤੁਹਾਡੇ ਮੁਤਾਬਕ ਆਗੂ ਕਿਹੋ ਜਿਹਾ ਹੋਵੇ?
आगू होवे वह गुरबाणी दे विच रंगिया होवे जी जिन जिस दुल्ले लहू की उसने गवाही करनी है ना वह लहू दे एक एक जरे दे विच गुरबाणी दे नाम सिमरन का अभ्यास चलता वाहिगुरू दियां धुनां चलदियां उन्हां दे खून च वी जी दुल्ले होए लहू च वी ते वह रंग रतड़ियां रूहां वह किते जिथे किते बैठियां किसी नूं दी दियां ने जी कहे कबीर शूशा घट बोला भरिया होवे कबू ना डोला जी वह डोल भरे उछलते नहीं कभी खाली मेरे अर्गे बुड़कते उछल उछल पे मैं बड़ा नितनेमी हाँ जी जीवन जी वह कौम के वास्ते हर टाइम तली तो सीस रखता होवे जी वो कोई निज स्वार्थ ना हो जी घर बार तो बच्चों तो परिवार तो रहत हो नहीं रहत देख के अर्थ बेंगम हो जरूरी नहीं होना संत दयाल सिंह जी बेंगम नहीं सी जी परिवार च रहे मोह ना हो मोह ना हो परिवार का मोह ना करे हो बच्चों का मोह ना होली हो पर मोह ना हो मोह ना हो कहे जे मैनू अकाल पुरख वाहगुरु प्रशादा देता इन्हों के भागी इन्हों भी मिल जाऊगा जी वह महिला वाल ना तुरे जी वो कौम का महल बनाने वास्ते तुरे जी मैं अपना मैल नहीं मैं कौम का घर बना ठीक तो वह सब तो वड्डी गल आ जिसने इस कौम की गवाही करनी है मैं तो पहली जी मकाती आ कि जीवन इन्ना तो सिमरन का जो अंदर सिमरन वस गया ताकत आ गई ना गुरबाणी की तो फिर भगती दे विच शक्ति आ जी फिर तो बाबे दीप सिंह वांगू वो तली तो सीस भी टका लूगा खंडा भी फड़ लूगा खोपर भी लहा लूगा बंद बंद भी कटवा लूगा वह फिर कभी हारदा नहीं तुसी दस्या भी स्वार्थ कोई ना होवे टब्बर परिवार का मोह कोई ना होवे आगू दे अंदर लालच कोई ना होवे पर आप एजुकेशन का पक्ष तो लिया ही नहीं एक आम जज हुंदा उहदी एजुकेशन हुंदी भी इन्हें फैसले करने ने इहदे कोल आ एजुकेशन होवे कि साडी कौम का आगू अनपढ़ होवे संत जरनैल सिंह जी ने कोई बहुती विद्या नहीं पढ़ी जी संसार की जी उहदे अगे वड्डे वड्डे जज वड्डे वड्डे वकील वड्डे वड्डे दुनिया लैवल दे पत्रकार भी उहदे सामने आ के जीरो हो गए फेल हो गए जिथे संसार की पढ़ाई शुरू हुंदी है ना जी जिथे खत्म होंगी जी उत्थे साढ़े सतगुरु की जिहड़ी सिद्धांतक विद्या उत्थे सिख की शुरू होंगी आ सिख दे पल्ले पहलो नाम होना चाहिए ये सारिया ताकत बरकत एटोमैटिक झोली पै जांदियां पर वो इन्नी सोझ रखता होवे जिथे वह धर्म का कौम का ज्ञाता विद्वान होवे जी वह सारे धर्मां की हिस्टरी नूं जानता होवे जी सारा कुछ ही होवे इना वे कल्ला विद्वान ही होवे ते खोज करी जावे बाणी पढ़ी बाणी पढ़े पर बाणी दे नाल सिमरन दे नाल सूरमा होवे जी मर मिटन दा चाओ रखदा होवे ठीक जिथे किसी सिख नूं कंडा भी वजे उहदे पैर च नहीं सिख दे उहदे दिल ते वजदा होवे जाके देश विदेश दे दर्शकों गल चली सी कि जदों कौम ऐसी स्थिति दे विच होवे ते साडी कौम दा आगू कैसा होना चाहिए बड़े सुचजे ढंग दे नाल वीर जी ने दस्सिया वी उहदा स्वार्थ कोई ना होवे जी उहनूं घर बार छड्डो दुनिया भी छड्डनी पवे तो किसी प्रकार का ध्यान पिछे ना हो अपनी कौम की खातर मर मिटन का जज्बा होना चाहिए कि अज तुहानूं लगता है भी साढ़े अखौती लीडरां दे विच ये चीज़ है ये घर की छड़नगे ये परिवार की छड़नगे ये अपना शरीर किवें छड़नगे जिहड़े कुर्सी छड्डन नूं तैयार नहीं सो साडी कौम नूं एक चंगा आगू चाहिए तुसीं गल कीती सी आगू की बाखूबी सोहणे ढंग दे विच तुसीं दस्सिया उदाहरण लई बाबा जरनैल सिंह जी पिंडरां वालियां दी जो साड़ी कौम ऐसी स्थिति दे विच होवे जो सारे पासे रौला रप्पा मार ताड़ जिहड़ी चाणक्या नीति सी पूर्ण रूप दे विच भेद वाली साडे ते लागू हो जावे किते दाढ़ी बंधन खोलन वाला रौला हो गया किते गातरा उत्तों हेठों वाला हो गया किते पग्गां दा रौला हो गया किते ग्रंथां दा हो गया किते मर्यादा दा हो गया किते रागमाला दा हो गया किते मूल मंत्र दा हो गया अज सानू सिखां नूं ही उलझाया जा रहा ना मूल मंत्र दा मामला बाहरों ते नहीं साडा सिखां दा आ गया रागमाला दा भी सिखां दा आ गया ठीक है जी रहत मर्यादा भी सिखां दा आ गया ये जितने साडे विच मामले ने और आपस दे विच एक दूसरे नूं गलत साबित करन वास्ते बड़ी बयानबाजी हो रही है फेसबुक ते व्हाट्सएप ते गंदियां गालां बाबा ज फोटो बाबा जरनैल सिंह की कई बार लाइक होंगी कई ने साडे वर्गे मूर्खां ने ते हेठां गालां कढ रहे हुंदे ने इन्ना कुछ चलता पिया है उस समय अपनी कौम का जिहड़ा जथेदार है इहदा की रोल होना चाहिए जदों 18वीं सदी दे विच इतिहास पढ़ीए ना जी जिथे किसी सिंह का मुड़का डुलदा सी उह डुले हुए मुड़के ते उहदी कमाई ते उहदी घालणा ते कौम दे जां बाद योधे उहदे सिपाही उहदी सेना तो जथेबंदियां मिसलां दे विच भी सरदार सी उहदे सिख दे डुले हुए मुड़के ते जाके लहू डोल देंदे सी जी असीं इस कदर रुले जी कि अज अपनी कौम दे किसी सूरमे दे मन लो कि अज भाई जोगा सिंह खालिस्तानी बैड ते पिया जी वो चले गया सानी संसार चो कूच कर गया कौम दी लड़दा लड़दा मां दा हीरा चले गया असीं गवा लिया असीं अज दुले हुए अपने
कौम दे हीरे दे लहू दे उत्ते अपने अखां दे चार अत्थ नूं वेरन तों वी घेरन तों वी असमर्थ हो गए लुकण लग पए। अत्थ ते घेरने पर की उहदे परिवार नूं न्याय दवावांगे आपां? जो उहनां दे जिहड़े कातल ने, कातल है ਉਹ ਕਿਸੇ ਵੀ ਜਗ੍ਹਾ 'ਤੇ ਹੋਵੇ, ਕੋਈ ਨਾਮ ਹੋਵੇ, ਕੋਈ ਸੰਸਥਾ ਦਾ ਉਹਨੂੰ ਸਪੋਰਟ ਹੋਵੇ ਜਾਂ ਨਾ ਹੋਵੇ, ਸਾਰੇ ਵਿਸ਼ੇ ਛੱਡੇ, ਕੀ ਤੁਸੀਂ ਇਸ ਚੀਜ਼ ਦੀ ਮੰਗ ਕਰਦੇ ਹੋ ਕਿ ਉਹਦੇ ਕਾਤਲ ਛੇਤੀ ਤੋਂ ਛੇਤੀ ਫੜੇ ਜਾਣ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ? ਜਦੋਂ ਸਰਕਾਰਾਂ ਹੀ ਬੇਈਮਾਨ ਹੋ ਜਾਣ, ਜਿਸ ਸਿੱਖ ਦੇ ਨਾਲ ਅੱਜ ਛੱਡੋ, ਸਾਡਾ ਅੰਦਰ ਕੀ ਕਹਿੰਦਾ? ਸਾਡਾ ਅੰਦਰ ਇਹ ਕਹਿੰਦਾ ਕਿ ਉਹ ਖਾਲਿਸਤਾਨੀ ਸੀ ਜੀ, ਅਤੇ ਮੈਂ ਘੱਟ ਕਿਉਂ ਹਾਂ, ਅਤੇ ਜੇ ਮੈਂ ਉਹਦੇ ਸਰੀਰ 'ਤੇ ਗਿਆ ਹੈ ਅਤੇ ਮੇਰੀ ਚੌਧਰ ਚਮਕਣੀ ਚਾਹੀਦੀ ਆ ਵੀ ਬੱਲੇ ਬੱਲੇ ਆਹ ਸਿੱਖ ਨੇ ਬੜਾ ਗਰਮ ਨਾਰਾ ਦਿੱਤਾ ਉੱਥੇ ਜਾ, ਗਰਮ ਨਾਰਾ ਦਿੱਤਾ। ਪਰ ਆਪਾਂ ਵਿਚਾਰ ਕੀਤੀ ਸੀ ਵੀ ਅੱਜ ਉਹਦੇ ਜਿੱਥੇ ਸ਼ਹਾਦਤ ਹੋ ਗਈ ਹੈ, ਖੂਨ ਡੁੱਲਿਆ, ਉੱਥੇ ਚਾਰ ਹੰਝੂ ਨਹੀਂ ਕੇਰਦੇ, ਤੁਸੀਂ ਆਪਣੀ ਸੰਸਥਾ ਵੱਲੋਂ ਕੀ ਮੰਗ ਕਰਨਾ ਚਾਹੁੰਦੇ ਹੋ? ਅਸੀਂ ਤਾਂ ਮੰਗ ਕਰਨੀ ਚਾਹੁੰਦੇ ਹਾਂ ਕਿ ਉਹ ਦੋਸ਼ੀ ਫੜੇ ਜਾਣ ਜੀ, ਨਹੀਂ ਫੜੇ ਜਾਂਦੇ ਜੀ। ਅਤੇ ਮੈਂ ਇੱਕ ਸੰਗਤ ਨੂੰ ਦੱਸਣਾ ਚਾਹੁੰਦਾ, ਵਿਦੇਸ਼ੀ ਸਿੱਖ ਇਹ ਨਾ ਕਹਿਣ ਕਿ ਬਲਵੰਤ ਸਿੰਘ ਇੱਕ ਗਰਮ ਖਿਆਲੀ ਜਜ਼ਬਾਤੀ ਅਤੇ ਦਮਗਜੇ ਮਾਰ ਕੇ ਚਲੇ ਗਿਆ, ਇਹ ਤਾਂ ਸਤਿਗੁਰੂ ਪਾਤਸ਼ਾਹ ਜਾਣਦੇ ਆ ਵੀ ਕਿਸੇ ਸਿੱਖ ਤੋਂ ਕਿਹੋ ਜਿਹੀ ਸੇਵਾ ਲੈ ਲੈਣੀ ਚਾਹੀਦੀ। ਸਿੱਖ ਕਦੀ ਕਿਸੇ ਕੋਲੋਂ ਰਹਿਮ ਦੀ ਭੀਖ ਨਹੀਂ ਮੰਗਦਾ ਜੀ। ਜੇ ਸਾਨੂੰ ਨਹੀਂ ਇਨਸਾਫ ਮਿਲਦਾ, ਜੇ ਮੇਰਾ ਭਰਾ ਮਾਰਿਆ ਹੁੰਦਾ, ਮੇਰਾ ਪਿਓ ਮਾਰਿਆ ਹੁੰਦਾ, ਮੈਂ ਸਰਕਾਰ ਦੇ ਕਿੰਨਾ ਚਿਰ ਬੂਹੇ ਅੱਗੇ ਲੜੀਆਂ ਕੱਢਦਾ। ਭਾਈ ਬਲਵੰਤ ਸਿੰਘ ਜੀ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਅਤੇ ਆਪਦੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਦਰਸ਼ਕਾਂ ਨਾਲ ਸਾਂਝੇ ਕੀਤੇ। ਕਿਤੇ ਆਗੂ ਕਿਹੋ ਜਿਹਾ ਹੋਵੇ, ਤੁਸੀਂ ਬਾਖੂਬੀ ਢੰਗ ਦੇ ਵਿੱਚ ਦੱਸਿਆ ਵੀ ਬਾਬਾ ਜਰਨੈਲ ਸਿੰਘ ਜੀ ਵਰਗਾ ਆਗੂ ਹੋਵੇ। ਦੂਸਰੀ ਤੁਸੀਂ ਗੱਲ ਕੀਤੀ ਕਿ ਅੱਜ ਕੌਮ ਬੜੀ ਵੱਡੀ ਦੁਬਿਧਾ ਦੇ ਵਿੱਚ ਹੈ ਅਤੇ ਸਾਨੂੰ ਆਪਸ ਦੇ ਵਿੱਚ ਜੁੜ ਕੇ ਰਹਿਣਾ ਚਾਹੀਦਾ, ਨਾ ਕਿ ਆਪਸ ਦੇ ਵਿੱਚ ਸਿਰ ਫਸਾਉਣੇ ਚਾਹੀਦੇ ਨੇ। ਦਰਸ਼ਕੋ, ਅਗਲੇ ਹਫ਼ਤੇ ਕਿਸੇ ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।